ਅਜੇ ਤੱਕ ਨਹੀਂ ਲੈ ਕੇ ਆਈ। ਪਤਾ ਨਹੀਂ ਕੀ ਰਸੋਈ ਚੀਜ਼ ਛਿਨੇ ਪਿਛਨੇ ਕਰੀ ਜਾਂਦੀ ਹੈ। ਮਨਦੀਪ ਨਹੀਂ ਮਨਦੀਪ। ਹਾਂਜੀ ਮੰਮੀ। ਮੇਰਾ ਨਿੰਬੂ ਪਾਣੀ ਕਿੱਥੇ ਹੈ? ਘੰਟਾ ਪਹਿਲਾਂ ਕਿਹਾ ਸੀ ਤੈਨੂੰ, ਹਜੇ ਤੱਕ ਨਹੀਂ ਲੈ ਕੇ ਆਈ ਤੂੰ। ਨਿੰਬੂ ਪਾਣੀ? ਸੋਰੀ ਮੰਮੀ ਜੀ, ਉਹ ਤਾਂ ਮੇਰੇ ਦਿਮਾਗ ਚੋਂ ਹੀ ਨਿਕਲ ਗਿਆ। ਐਂ ਕਿਵੇਂ ਨਿਕਲ ਗਿਆ? ਤੈਨੂੰ ਪਤਾ ਨਾ ਹਰ ਰੋਜ਼ ਮੈਂ ਉੱਠ ਕੇ ਪਹਿਲਾਂ ਨਿੰਬੂ ਪਾਣੀ ਪੀਨੀ ਆ। ਕੀ ਹੋ ਗਿਆ ਅੰਮੀ? ਸਵੇਰੇ ਸਵੇਰੇ ਕਿਉਂ ਬੈਸ ਚੱਲਦੀ ਹੈ ਤੁਹਾਡੀ? ਆ ਦੇਖ ਲੈ ਪੁੱਤ, ਤੇਰੇ ਘਰ ਆਈ ਨੂੰ ਇੱਕ ਨਿੰਬੂ ਪਾਣੀ ਬਣਾਉਣ ਨੂੰ ਕਿਹਾ ਸੀ, ਉਹ ਵੀ ਨਹੀਂ ਉਹ ਤੋਂ ਇੱਕ ਕੰਮ ਹੋਇਆ। ਮੰਮੀ ਜੀ ਮੈਂ ਤੁਹਾਨੂੰ ਕਿਹਾ ਤਾਂ ਹੈ ਵੀ ਮੇਰੇ ਦਿਮਾਗ ਚੋਂ ਨਿਕਲ ਗਿਆ, ਅੱਗੇ ਵੀ ਤਾਂ ਹਰ ਰੋਜ਼ ਮੈਂ ਹੀ ਬਣਾ ਕੇ ਦਿੰਨੀ ਆ ਤੁਹਾਨੂੰ। ਮਨਦੀਪ ਤੂੰ ਵੀ ਨਾ ਦਿਨੋ ਦਿਨ ਲਾਪਰਵਾਹ ਹੁੰਦੀ ਜਾ ਰਹੀ ਹੈ। ਘੱਟੋ ਘੱਟ ਆਪਣੀ ਵਿਆਹ ਨੂੰ 22-23 ਸਾਲ ਤਾਂ ਹੋ ਗਏ, ਫਿਰ ਵੀ ਤੇਰੇ ਨਿੱਕੀ ਨਿੱਕੀ ਗੱਲਾਂ ਯਾਦ ਨਹੀਂ ਰਹਿੰਦੀਆਂ। ਹੋਰ ਕੀ ਪੁੱਤ, ਮੇਰਾ ਤਾਂ ਬੈਸੀ ਗੱਲ ਦਾ ਪੇਟ ਖਰਾਬ ਹੈਗਾ। ਇਸ ਹਾਲਤ 'ਚ ਨਿੰਬੂ ਪਾਣੀ ਪੀਣਾ ਜ਼ਰੂਰੀ ਹੈ ਨਾ, ਪਰ ਕੋਈ ਬਣਾ ਕੇ ਦੇ ਤਾਂ ਹੈ ਨਾ। ਮਨਦੀਪ ਤੂੰ ਇਹੋ ਜਿਹਾ ਕੀ ਬਣਾ ਕੇ ਖਵਾਤਾ ਮੰਮੀ ਨੂੰ ਕਿ ਉਹਨਾਂ ਦਾ ਪੇਟ ਖਰਾਬ ਹੋ ਗਿਆ? ਮਨਦੀਪ ਤੈਨੂੰ ਪਤਾ ਤਾਂ ਹੈ ਹੁਣ ਮੰਮੀ ਦੀ ਉਮਰ ਹੋ ਗਈ, ਇਹਨਾਂ ਦੇ ਖਾਣ ਪੀਣ ਦਾ ਤੂੰ ਖਾਸ ਖਿਆਲ ਰੱਖਿਆ ਕਰ। ਧਿਆਨ ਤਾਂ ਰੱਖਦੀ ਹਾਂ ਜੀ ਮੈਂ, ਮੇਰੀ ਤਾਂ ਅੱਜ ਖੁਦ ਹੀ ਤਬੀਅਤ ਖਰਾਬ ਆ, ਮੈਥੋਂ ਤਾਂ ਅੱਜ ਖੜਿਆ ਵੀ ਨਹੀਂ ਜਾਂਦਾ। ਬੜੀ ਮੁਸ਼ਕਿਲ ਨਾਲ ਤਾਂ ਮੈਂ ਰੋਟੀ ਬਣਾਈ ਆ। ਸਿਹਤ ਨਾ ਠੀਕ ਹੋਣ ਕਰਕੇ ਸ਼ਾਇਦ ਮੈਂ ਨਿੰਬੂ ਪਾਣੀ ਬਣਾਉਣਾ ਭੁੱਲ ਗਈ, ਤੇ ਰਹੀ ਗੱਲ ਮੰਮੀ ਜੀ ਦੀ ਤਬੀਅਤ ਖਰਾਬ ਹੋਣ ਦੀ, ਉਹਦੀ ਵਜ੍ਹਾ ਮੈਂ ਨਹੀਂ ਮੰਮੀ ਜੀ ਖੁਦ ਨੇ। ਕੀ ਮਤਲਬ ਤੇਰਾ? ਮੰਮੀ ਜੀ ਨੂੰ ਡਾਕਟਰ ਨੇ ਅਚਾਰ ਖਾਣਾ ਮਨਾ ਕੀਤਾ ਹੋਇਆ, ਪਰ ਮੰਮੀ ਜੀ ਅਚਾਰ ਤੋਂ ਬਿਨਾਂ ਰੋਟੀ ਨਹੀਂ ਖਾਂਦੇ, ਦਿਨ 'ਚ 3-3 ਵਾਰ ਖਾਂਦੇ ਨੇ, ਫਿਰ ਤਬੀਅਤ ਤਾਂ ਆਪੇ ਹੀ ਖਰਾਬ ਹੋਣੀ ਆ। ਮੰਮੀ ਨੂੰ ਵੀ ਤਾਂ ਆਪਣੀ ਉਮਰ ਦੇ ਹਿਸਾਬ ਨਾਲ ਦੇਖ ਕੇ ਖਾਣਾ ਪੀਣਾ ਚਾਹੀਦਾ। ਡਾਕਟਰ ਦੀ ਮੰਨਣੀ ਨਹੀਂ, ਖਾਣ ਪੀਣ 'ਤੇ ਕੰਟਰੋਲ ਨਹੀਂ, ਫਿਰ ਜਦੋਂ ਇਹਨਾਂ ਦੀ ਸਿਹਤ ਖਰਾਬ ਹੋ ਜਾਂਦੀ ਆ ਉਹਦੇ 'ਚ ਮੇਰਾ ਕਸੂਰ ਆ। ਗੱਲਾਂ ਤਾਂ ਜਿੰਨੀਆਂ ਮਰਜ਼ੀ ਕਰਵਾ ਲਓ, ਇਹ ਤਾਂ ਜਿਹੜਾ ਕੰਮ ਕਹੇ ਉਹ ਨਹੀਂ ਹੁੰਦਾ। ਮੰਮੀ ਜੀ ਮੇਰਾ ਸਰੀਰ ਨਾ ਹੁਣ ਪਹਿਲਾਂ ਵਰਗਾ ਨਹੀਂ ਰਿਹਾ, ਅਤੇ ਨਾ ਹੀ ਉਨੀ ਜਾਣ ਰਹੀ ਆ ਕਿ ਮੈਂ ਇਸ ਘਰ ਦੇ ਸਾਰੇ ਕੰਮ ਵੀ ਕਰਾਂ ਅਤੇ ਸਭ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਧਿਆਨ ਵੀ ਰੱਖਾਂ। ਮੈਂ ਵੀ ਹੁਣ ਥੱਕ ਜਾਂਦੀ ਹਾਂ। ਮਨਦੀਪ ਜੇ ਤੇਰੀ ਇੰਨੀ ਤਬੀਅਤ ਖਰਾਬ ਹੈ ਤਾਂ ਤੂੰ ਆਰਾਮ ਕਰ, ਮੈਂ ਬਣਾ ਕੇ ਦੇ ਦੇਣਾ ਮੰਮੀ ਨੂੰ ਨਿੰਬੂ ਪਾਣੀ। ਹੱਦਾ ਮਨਦੀਪ ਤੇਰੀ ਵੀ, 6-6 ਮਹੀਨੇ ਨੂੰ ਦੀਪ ਦੀ ਬਹੂ ਨੇ ਆ ਜਾਣਾ, ਸਹੁਰਾ ਬਣਨ ਦੀ ਉਮਰ 'ਚ ਮੇਰੇ ਮੁੰਡੇ ਤੋਂ ਨਿੰਬੂ ਪਾਣੀ ਬਣਵਾਏਗੀ? ਸ਼ਰਮ ਕਰ ਕੁਛ ਸ਼ਰਮ, ਕੱਲ ਨੂੰ ਤੇਰੀ ਨੂੰਹ ਆਜੂ, ਉਹ ਵੀ ਇਹੀ ਕੁਛ ਕਰੂਗੀ, ਮੇਰੇ ਘਰ ਨਹੀਂ ਇਹ ਕੁਛ ਚੱਲੇਗਾ। ਮੈਂ ਤਾਂ ਤੇਰੇ ਸਹੁਰੇ ਨੂੰ ਕਦੇ ਪਾਣੀ ਦਾ ਗਲਾਸ ਨਹੀਂ ਚੱਕ ਦਿੱਤਾ, ਤੂੰ ਮੇਰੇ ਪੁੱਤ ਤੋਂ ਨਿੰਬੂ ਪਾਣੀ ਬਣਾਉਣੀ ਹੈ? ਮਨਦੀਪ ਇੱਕ ਗਲਾਸ ਨਿੰਬੂ ਪਾਣੀ ਦੀ ਤਾਂ ਗੱਲ ਹੈ, ਬਣਾ ਲਿਆ ਮੇਰੇ ਵਾਸਤੇ ਭਾਵਾਂ ਦੀ ਨਾ ਬਣਾਈ, ਪਰ ਮੰਮੀ ਨੇ ਤਾਂ ਤੇਰੇ ਹੱਥੋਂ ਹੀ ਪੀਣਾ। ਜਦੋਂ ਮੈਂ ਇੱਕ ਗਲਾਸ ਬਣਾਉਂਗੀ ਤਾਂ 2 ਗਲਾਸ ਬਣਾਉਣ 'ਚ ਮੈਨੂੰ ਕੀ ਫਰਕ ਪੈਣਾ, ਪਰ ਗੱਲ ਤਾਂ ਮੇਰੀ ਤਬੀਅਤ ਦੀ ਆ, ਘੱਟੋ ਘੱਟ ਤੁਸੀਂ ਤਾਂ ਮੇਰੀ ਸਾਈਡ ਲੈ ਲਿਆ ਕਰੋ। ਕੀ ਤੁਹਾਨੂੰ ਤੇ ਮੰਮੀ ਨੂੰ ਦਿਖ ਨਹੀਂ ਰਿਹਾ ਵੀ ਮੇਰੀ ਕੀ ਹਾਲਤ ਆ? ਜਿਹੜੀ ਉਮਰ 'ਚ ਮੈਂ ਨਿਕਲ ਰਹੀ ਹਾਂ ਨਾ, ਉਸ ਉਮਰ 'ਚ ਹਰ ਔਰਤ ਦੇ ਸਰੀਰ 'ਚ ਬਦਲਾਵ ਆਉਂਦੇ ਨੇ ਜਿਹੜੇ ਕਿ ਮੇਰੇ 'ਚ ਵੀ ਆਏ ਨੇ, ਤੇ ਰਹੀ ਗੱਲ ਇਹਨਾਂ ਦੇ ਸਹੁਰਾ ਬਣਨ ਦੀ, ਜੇ ਇਹ ਸਹੁਰਾ ਬਣਨ ਜਾ ਰਹੇ ਨੇ ਤਾਂ ਮੰਮੀ ਮੈਂ ਵੀ ਤਾਂ ਸੱਸ ਬਣਨ ਜਾ ਰਹੀ ਹਾਂ। ਜਦੋਂ ਇੱਕ ਨੂੰ ਸਹੁਰੇ ਘਰ ਵਿਆਹ ਕੇ ਆਉਂਦੀ ਆ ਨਾ, ਉਹਦੇ ਪੈਰ ਰੱਖਦੇ ਹੀ ਉਹਦੇ ਸੱਸ ਸਹੁਰਾ ਬੁੜੇ ਹੋ ਜਾਂਦੇ ਨੇ, ਬੱਚੇ ਬੜੇ ਹੋ ਜਾਂਦੇ ਨੇ, ਬਜ਼ੁਰਗ ਹੋਰ ਬਜ਼ੁਰਗ ਹੋ ਜਾਂਦੇ ਨੇ, ਪਰ ਉਹਨੂੰ ਉਹ ਨਹੀਂ ਕਦੇ ਬੁੜੀ ਹੁੰਦੀ, ਕਿਉਂਕਿ ਉਹਦਾ ਹਮੇਸ਼ਾ ਘਰ ਦੇ ਕੰਮ ਕਰਨ ਵਾਸਤੇ ਜਵਾਨ ਹੀ ਰਹਿੰਦੀ ਆ, ਉਹਦਾ ਸਰੀਰ ਜੋ ਲੋਹੇ ਦਾ ਬਣਿਆ ਹੁੰਦਾ। ਮੰਮੀ ਜੀ ਇੱਕ ਗੱਲ ਕਹਾਂ, ਸੱਸ ਹੋਣ ਦੇ ਨਾਤੇ ਨਾ ਸਹੀ, ਪਰ ਇੱਕ ਔਰਤ ਹੋਣ ਦੇ ਨਾਤੇ ਤਾਂ ਤੁਸੀਂ ਮੇਰੀ ਤਕਲੀਫ ਸਮਝ ਸਕਦੇ ਹੋ। ਮਨਦੀਪ ਤੈਨੂੰ ਐ ਨਹੀਂ ਬੋਲਣਾ ਚਾਹੀਦਾ ਸੀ, ਮੰਮੀ ਨਾ ਤੇਰੀ ਗੱਲਾਂ ਦਾ ਗੁੱਸਾ ਮੰਨ ਗਏ, ਤੂੰ ਰਹਿਣ ਦੇ ਨਿੰਬੂ ਪਾਣੀ ਨੂੰ, ਮੈਂ ਆਪੇ ਬਣਾ ਕੇ ਦੇ ਦੂੰਗਾ। ਹਾਂ ਤੁਸੀਂ ਠੀਕ ਹੀ ਕਹਿੰਦੇ ਹੋ ਕਿ ਮੈਨੂੰ ਇੱਦਾਂ ਨਹੀਂ ਬੋਲਣਾ ਚਾਹੀਦਾ ਸੀ, ਕਿਉਂਕਿ ਪੁੱਤ ਤਾਂ ਕਦੇ ਆਪਣੀ ਘਰ ਵਾਲੀ ਵਾਸਤੇ ਬੋਲੂਗਾ ਨਹੀਂ। ਫਿਰ ਸੁਣੋ, ਇਹ ਸਾਰਾ ਕੁਛ ਨਾ ਮੈਂ ਆਪਣੇ ਵਾਸਤੇ ਕੀਤਾ, ਜੇ ਕਿਸੇ ਨੂੰ ਬੁਰਾ ਲੱਗਦਾ ਨਾ ਤਾਂ ਲੱਗੇ,